ਸਾਬਕਾ ਗ੍ਰਹਿ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਅਕਾਲੀ ਦਲ 'ਚ ਸ਼ਾਮਲ। ਕਾਂਗਰਸ ਪਾਰਟੀ ਨੂੰ ਹਲਕਾ ਸ਼ਾਹਕੋਟ 'ਚ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਹਰਚਰਨ ਸਿੰਘ ਬਰਾੜ ਦੀ ਸਰਕਾਰ 'ਚ ਗ੍ਰਹਿ ਮੰਤਰੀ ਰਹੇ ਬ੍ਰਿਜ ਭੁਪਿੰਦਰ ਸਿੰਘ ਲਾਲੀ ਕੰਗ ਨੇ ਆਪਣੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ, ਜਿਸ ਨਾਲ ਹੁਣ ਸ਼ਾਹਕੋਟ ਦੀ ਜ਼ਿਮਨੀ ਚੋਣ ਵਿੱਚ ਅਕਾਲੀ ਉਮੀਦਵਾਰ ਜਥੇਦਾਰ ਨਾਇਬ ਸਿੰਘ ਕੁਹਾਰ ਨੂੰ ਵੱਡਾ ਹੁੰਗਾਰਾ ਮਿਲਣ ਦੀ ਆਸ ਕੀਤੀ ਜਾ ਸਕਦੀ ਹੈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ, ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਭਾਜਪਾ ਆਗੂ ਹੰਸਰਾਜ ਹੰਸ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ। ਇਸ ਮੌਕੇ ਬ੍ਰਿਜ ਭੁਪਿੰਦਰ ਸਿੰਘ ਲਾਲੀ ਨੇ ਕਿਹਾ ਕਿ ਇਸ ਇਲਾਕੇ ਵਿੱਚ ਰਾਣਾ ਗੁਰਜੀਤ ਸਿੰਘ ਅਤੇ ਹਲਕਾ ਸ਼ਾਹਕੋਟ ਤੋਂ ਲਾਡੀ ਸ਼ੇਰੋ ਵਾਲੀਆਂ ਨੂੰ ਟਿਕਟ ਦੇਣ ਖਿਲਾਫ਼ ਉਹ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਉਹਨਾਂ ਲਾਡੀ ਸ਼ੇਰੋ ਵਾਲੀਆਂ ਉੱਪਰ ਕਈ ਤਰ੍ਹਾਂ ਦੇ ਦੋਸ਼ ਵੀ ਲਗਾਏ। 77 ਸੀਟਾਂ ਕਾਂਗਰਸ ਦੀਆਂ ਹਨ, 3-3.5 ਸਾਲ ਪਏ ਆ, ਮਗਰ ਅੱਜ ਭਰਿਆ ਮੇਲਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਗਏ ਹਾਂ। ਇਹ ਸਰਕਾਰ ਸੁਖਬੀਰ ਸਿੰਘ ਦੀ ਪਰਸਨੈਲਿਟੀ, ਇਹਨਾਂ ਦਾ ਵੇ ਆਫ ਵਰਕਿੰਗ, ਇਹਨਾਂ ਦਾ ਮਿਲਣਾ ਸਾਹਿਬ ਬਿਕਰਮਜੀਤ ਸਿੰਘ ਜੀ ਮਜੀਠੀਆ, ਇਹਨਾਂ ਦਾ ਜਿਹੜਾ ਵੇ ਆਫ ਵਰਕਿੰਗ, ਔਰ ਪਰਮਿੰਦਰ ਸਿੰਘ ਜੀ ਢੀਂਡਸਾ ਜਿਹੜੇ ਇੱਕ ਪਰਿਵਾਰਕ ਮੈਂਬਰ ਹਨ, ਹੰਸਰਾਜ ਜੀ ਹੰਸ ਜਿਹੜੇ ਕਿ ਅੱਗੇ ਵੀ ਅਸੀਂ 3-4 ਮਹੀਨੇ ਇਕੱਠੇ ਫਿਰਦੇ ਰਹੇ ਹਨ, ਆਪਣਾ ਘਰ ਮਹਿਸੂਸ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਕੇ। ਮੈਂ ਅੱਜ ਤੋਂ ਬਾਅਦ ਮੇਰਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਮੇਰਾ। ਬੜੇ ਦੁਖੀ ਹਿਰਦੇ ਦੇ ਨਾਲ ਕਾਂਗਰਸ ਨੂੰ ਅਲਵਿਦਾ ਕਹਿ ਕੇ, ਔਰ ਮੇਨ ਇੱਕ ਵਜ੍ਹਾ ਰਾਣਾ ਗੁਰਜੀਤ ਸਿੰਘ ਜਿਹੜਾ ਕਿ ਹਰ ਹਲਕਿਆਂ ਦੇ ਵਿੱਚ ਦਖਲ ਦਿੰਦਾ। ਮੈਂ ਅੱਗੇ ਵੀ ਬੇਨਤੀ ਕੀਤੀ ਸੀ ਕਿ ਸਾਰੇ MLA ਕੈਪਟਨ ਸਾਹਿਬ ਨੂੰ ਮਿਲੇ, ਹੈਨਰੀ ਸਾਹਿਬ ਵੀ, ਚੌਧਰੀ ਸੰਤੋਖ ਵੀ, ਆਪਣਾ KP ਸਾਹਿਬ ਵੀ, ਸੁਰਿੰਦਰ ਵੀ, ਦਾਸ ਵੀ, ਸਮਰਾ ਵੀ, ਸਾਰਿਆਂ ਨੇ ਕਿਹਾ ਕਿ ਜਿੱਦਣ ਦਾ ਇਹ ਆਇਆ 2004 'ਚ, ਦੁਆਬੇ ਦੀ ਲਾਈਨ ਥੱਲੇ ਗਈ ਹੈਗੀ ਆ MLA ਦੀ, ਜਿਹੜਾ ਕਿ ਦੁਆਬਾ ਕੇ ਕਾਂਗਰਸ ਨੂੰ ਬਣਾਉਂਦਾ ਸੀ। ਇਹ ਹਰ ਧੜੇ ਦੇ ਵਿੱਚ ਕਰਦਾ ਦਖਲ, ਸਾਰਾ ਸਮਝਾਇਆ, ਪਤਾ ਨਹੀਂ ਕੈਪਟਨ ਸਾਹਿਬ ਦੀ ਕੀ ਮਜਬੂਰੀ ਸੀ। ਹੁਣ ਵੀ ਆਪ ਵੀ ਰੇਤਾ ਦੇ ਕੰਮ 'ਚ ਛੱਡਣਾ ਪਿਆ, ਇਹਨੂੰ ਅਸਤੀਫਾ ਦਵਾਇਆ। ਆਹ ਜਿਹੜਾ ਹੈਗਾ ਇਹਦਾ ਪੋਤਿਆ, ਕਬਜ਼ੇ ਥਾਂ ਥਾਂ 'ਤੇ ਕਰਦਾ, ਥਾਂ ਥਾਂ 'ਤੇ ਰੇਤਾ, ਹਰਦੇਵ ਸਿੰਘ ਲਾਡੀ, ਮੈਂ ਇਹਦੇ ਕਬਜ਼ੇ ਕਢਾ ਦਿੰਦੇ ਹਾਂ, ਕਿੰਨੇ ਕਾਂਗਰਸੀ ਛੱਡ ਕੇ। ਪਦਮਾ ਪਿੰਡ ਦੇ ਵਿੱਚ ਸਾਡਾ ਬਲੋਕ ਸਮਿਤੀ ਦਾ ਮੈਂਬਰ ਸੁਭਾਸ਼ 1000 ਵੋਟ ਨੇ ਜਿੱਤਿਆ, ਉਹਦੀ ਪੈਲੀ 'ਚ ਕਬਜ਼ਾ ਕਰ ਲਿਆ, ਬਾਹੂਪੁਰ ਭਗਤ ਸਿੰਘ ਦੀ ਪੈਲੀ 'ਚ ਕੀਤਾ, ਉਹ ਛੱਡ ਕੇ ਕਾਂਗਰਸ ਚਲੇ ਗਏ। ਦੁਆ ਲੋਹੜੀ ਵਾਲੇ ਦਿਨ ਗੱਡੀਆਂ ਓਵਰਟੇਕ ਕੀਤੀਆਂ, ਉਹਨਾਂ ਦੇ ਘਰੇ ਜਾ ਕੇ ਕੁੱਟਿਆ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬ੍ਰਿਜ ਭੁਪਿੰਦਰ ਸਿੰਘ ਲਾਲੀ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਅਕਾਲੀ ਦਲ ਦੀ ਇਸ ਇਲਾਕੇ ਵਿੱਚ ਤਾਕਤ ਹੋਰ ਵੀ ਵਧੀ ਹੈ। ਬ੍ਰਿਜ ਭੁਪਿੰਦਰ ਸਿੰਘ ਜੀ ਜਦੋਂ ਵੀ ਇਲੈਕਸ਼ਨ ਲੜੇ, ਇੱਥੋਂ ਇਲੈਕਸ਼ਨ ਲੜੇ, ਐਂ ਬਰਾਬਰ ਦੀ ਟੱਕਰ ਸੀ ਅਤੇ ਬੜੀ ਦਲੇਰੀ ਨਾਲ ਲੜਦੇ ਸੀ, ਜੇ ਕੰਮ ਵੀ ਕੀਤੇ ਦਲੇਰੀ ਨਾਲ ਕੰਮ ਕੀਤੇ। ਸਰ ਬੇਅੰਤ ਸਿੰਘ ਜੀ ਦੀ ਸਰਕਾਰ 'ਚ ਹੋਮ ਮਿਨਿਸਟਰ ਰਹਿਣਾ ਅਤੇ ਬੜੇ ਦਲੇਰ ਹੋਮ ਮਿਨਿਸਟਰ ਰਹੇ। ਅਤੇ ਮੈਂ ਤੈਨੂੰ ਇੱਕ ਵੱਡੀ ਗੱਲ ਜਿਹੜਾ ਕਹਿਣਾ ਚਾਹੁੰਦਾ, ਜਿਹੜੇ ਇਹਨਾਂ ਨੇ ਬੜੀ ਜਦੋਂ ਗੱਲ ਹੋਈ ਤਾਂ ਕਹਿੰਦੇ ਜੀ ਮੇਰੀ ਸ਼ਰਤ ਕੋਈ ਨਹੀਂ, ਨਹੀਂ ਤਾਂ ਜੀ ਕੋਈ ਸਟੇਜ 'ਤੇ ਤਾਂ ਕਹਿੰਦੇ ਸ਼ਰਤ ਨਹੀਂ, ਤਾਂ ਅੰਦਰੋਂ ਸ਼ਰਤਾਂ ਹੁੰਦੀਆਂ। ਪਰ ਇਹਨਾਂ ਨੇ ਸਿੱਧੀ ਗੱਲ, ਸਿੱਧੀ ਝਟਕੀ ਗੱਲ ਕਿ ਮੈਂ ਦਿਲੋਂ ਤੁਹਾਡੇ ਨਾਲ ਹਾਂ। ਅਤੇ ਮੈਂ ਕਹਿੰਦਾ ਸਾਨੂੰ ਬਹੁਤ ਵੱਡੀ ਸਟਰੈਂਥ ਮਿਲੀ ਹੈ ਅਤੇ ਮੈਂ ਇਹਨਾਂ ਨੂੰ ਵਿਸ਼ਵਾਸ ਦੇਣਾ, ਇੱਕ ਪਰਿਵਾਰ ਵਾਂਗੂ ਰੱਖਾਂਗੇ। ਅਕਾਲੀ ਦਲ ਵੀ ਇੱਕ ਪਰਿਵਾਰ ਹੈ, ਸਾਡਾ ਕੋਈ ਐਂ ਨਹੀਂ ਕਿ ਸਾਨੂੰ ਹਾਈਕਮਾਂਡ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ, ਕਿਸੇ ਤੋਂ ਕਰਨਾ ਪੈਂਦਾ। ਇੱਥੇ ਸਾਰੇ ਹਾਈਕਮਾਂਡ ਅਸੀਂ ਸਾਰੇ, ਸਾਡਾ ਪਾਰਟੀ ਦੇ ਸਿਸਟਮ ਅਤੇ ਕਾਂਗਰਸ ਦੇ ਪਾਰਟੀ ਦਾ ਸਿਸਟਮ ਬਹੁਤ ਫਰਕ ਹੈ। ਇੱਥੇ ਸਾਰਾ ਦਿੱਲੀਓਂ ਫੈਸਲੇ ਹੁੰਦੇ ਆ, ਇੱਥੇ ਸਾਡੇ ਅਸੀਂ ਪਰਿਵਾਰ ਵਾਂਗੂ ਕਰਦੇ ਹਾਂ, ਦੁੱਖ ਸੁੱਖ 'ਚ ਇੱਕ ਦੂਜੇ ਨਾਲ, ਲੜਾਈ ਝਗੜੇ ਜਦੋਂ ਵੀ ਇਕੱਠੇ ਹੁੰਦੇ ਹਾਂ ਅਸੀਂ ਇਕੱਠੇ ਹੁੰਦੇ ਹਾਂ। ਅਤੇ ਅੱਜ ਸਰਦਾਰ ਸਾਹਿਬ ਅੱਜ ਪਾਰਟੀ 'ਚ ਆਇਆ, ਮੈਂ ਉਹਨੂੰ ਜੀ ਆਇਆ ਕਹਿੰਦਾ, ਅਤੇ ਸਾਨੂੰ ਬੜੀ ਖੁਸ਼ੀ ਹੈ। ਮੈਂ ਆਪਣੇ ਪਿਤਾ ਬਾਦਲ ਸਾਹਿਬ ਨਾਲ ਵੀ ਰਾਤ ਨੂੰ ਗੱਲ ਕੀਤੀ, ਉਹ ਬੜੇ ਖੁਸ਼ ਸੀ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੇਰੇ ਤਰਫੋਂ ਵੀ ਸਰਦਾਰ ਸਾਹਿਬ ਨੂੰ ਵਧਾਈ ਦੇਣ। ਅਤੇ ਮੈਂ ਅੱਜ ਬੇਨਤੀ ਕਰਦਾ ਨਾਇਬ ਸਿੰਘ ਜੀ ਨੂੰ, ਤੁਹਾਡੇ ਤਾਂ ਰਿਸ਼ਤੇਦਾਰੀ ਵੀ ਹੈ,
ਜਿਵੇਂ ਬਜ਼ੁਰਗਾਂ ਨੂੰ ਆਸ਼ੀਰਵਾਦ ਲੈ ਕੇ ਉਵੇਂ ਇਹਨਾਂ ਦਾ ਆਸ਼ੀਰਵਾਦ ਲੈ ਕੇ ਚੱਲਿਆ ਕਰੋ, ਕਿਉਂਕਿ ਬੜਾ ਐਕਸਪੀਰੀਅੰਸ ਹੈ ਜਿਹਨਾਂ ਲੋਕਾਂ ਨੂੰ, ਇਹਨਾਂ ਨੇ ਇਹ ਸਮਝ ਦੇਖੇ ਹੈ, ਇਹ ਜੀ ਸਿਆਸਤ ਕੀਤੀ ਹੈ, ਨਾਲੇ ਇਸ ਇਲਾਕੇ 'ਚ ਰਹੇ ਹੈ, ਨਾਲੇ ਕੰਮ ਕੀਤੇ ਹੈ, ਜੁੜੇ ਹੈ। ਅਤੇ ਮੈਂ ਕਈ ਜਗ੍ਹਾ 'ਤੇ ਪੁੱਛਿਆ ਸੀ, ਕਹਿੰਦੇ ਜਿੰਨੇ ਕੰਮ ਜਿੰਨੀ ਇਹਨਾਂ ਦੀ ਪਕੜ ਇਸ ਇਲਾਕੇ 'ਚ ਇਹਨਾਂ ਦੀ ਸੀ, ਹੋਰ ਕਿਸੇ ਦੀ ਨਹੀਂ ਸੀ।